ਪੁਰਾਣੇ ਗੱਤੇ ਦੇ ਡੱਬਿਆਂ ਨੂੰ ਸੁੱਟਣ ਦੀ ਬਜਾਏ ਤੁਸੀਂ ਉਸ ਤੋਂ ਸੋਹਣਾ ਸਮਾਨ ਬਣਾ ਸਕਦੇ ਹੋ। ਪਹਿਲਾਂ ਇੱਕ ਸਖਤ ਅਤੇ ਲੰਬੀ ਕਾਰਡ ਸ਼ੀਟ 'ਤੇ ਇੱਕ ਦਿਖਾਏ ਅਨੁਸਾਰ ਪੈਟਰਨ ਬਣਾਓ, ਫਿਰ ਸ਼ੀਟ ਨੂੰ ਦੋ ਬਰਾਬਰ ਦੇ ਹਿੱਸਿਆਂ ਵਿੱਚ ਕੱਟੋ। ਸੂਈ ਨਾਲ ਹਲਕੀ ਲਾਈਨਾਂ ਖਿੱਚ ਲਓ, ਇਸ ਨਾਲ ਇਸ ਨੂੰ ਮੋੜਨਾ ਆਸਾਨ ਹੋ ਜਾਂਦਾ ਹੈ। ਇਹ ਮੋੜਨ ਵਿੱਚ ਕਾਫੀ ਸਹਾਇਕ ਹੁੰਦਾ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਮੋੜ ਲਵੋ ਅਤੇ ਹੁਣ ਨੰਬਰ ਕੀਤੀਆਂ ਲਾਈਨਾਂ ਨੂੰ ਪੱਖੇ ਦੀ ਤਰ੍ਹਾਂ ਫੋਲਡ ਕਰੋ। ਗੂੜੀਆਂ ਲਾਈਨਾਂ 'ਤੇ ਕੱਟ ਮਾਰੋ। ਇਹਨਾਂ ਵਿੱਚੋਂ ਥੋੜ੍ਹਾ ਜਿਹਾ ਸਪੇਸ ਹੈ ਤਾਂ ਜੋ ਇੱਕ ਦੇ ਵਿਚਕਾਰ ਦੂਜੀ ਵਾੜੀ ਜਾ ਸਕੇ। ਇਹਨਾਂ ਨੂੰ ਆਪਸ ਵਿੱਚ ਇੰਟਰਲੋਕ ਕਰ ਦਿਓ। ਇਹ ਇੱਕ ਵਧੀਆ ਅਕੋਰਡੀਅਨ ਫੋਲਡ ਸਟੈਂਡ ਬਣ ਜਾਏਗਾ। ਅਕੋਰਡੀਅਨ ਫੋਲਡ ਦੇ ਉੱਤੇ ਤੁਸੀਂ ਮਜ਼ਬੂਤ ਕਾਰਡ ਸ਼ੀਟ ਰੱਖ ਦਿਓ। ਹੁਣ ਬਹੁਤ ਮਜ਼ਬੂਤ ਟੇਬਲ ਤਿਆਰ ਹੋ ਜਾਵੇਗਾ। ਇਸ ਦੇ ਉੱਤੇ ਇੱਕ ਭਾਰੀ ਇੱਟ ਰੱਖੋ ਅਤੇ ਫਿਰ ਇੱਕ ਹੋਰ ਰੱਖ ਦਿਓ। ਤੁਸੀਂ ਹੈਰਾਨ ਹੋ ਜਾਓਗੇ ਕਿ ਟੇਬਲ ਡਿੱਗੇਗਾ ਨਹੀਂ। ਇਸ ਤਰ੍ਹਾਂ ਤੁਸੀਂ ਗੱਤੇ ਦੇ ਫਾਲਤੂ ਡੱਬੇ ਤੋਂ ਤੁਸੀਂ ਕਿਸ ਤਰ੍ਹਾਂ ਇਸ ਤਰੀਕੇ ਨਾਲ ਸਟੂਲ ਵੀ ਬਣਾ ਸਕਦੇ ਹੋ ਤਾਂ ਕਿ ਉਹ ਬੈਠਣ ਦੇ ਕੰਮ ਆ ਸਕਦਾ ਹੈ ਅਤੇ ਉਹ ਲਿਫੇਗਾ ਨਹੀਂ, ਖਰਾਬ ਨਹੀਂ ਹੋਵੇਗਾ।